ਕਾਫੀ ਜ਼ਿਆਦਾ ਜਾਣ ਦਾ ਪ੍ਰਿੰਟ ਵਾਲੀ ਇਹ ਜੀ ਗੰਗਾ ਨਗਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਆ ਰਹੇ ਸੀਗੇ ਜੀ ਪੂਰਾ ਪਰਿਵਾਰ, ਜਿਹਦੇ ਵਿੱਚੋਂ ਦੋ ਬੰਦੇ ਸੀਗੇ ਜੀ ਅਤੇ ਦੋ ਬੁੜੀਆਂ ਸੀਗੀਆਂ ਜੀ, ਅਤੇ ਇੱਥੇ ਤਲਵੰਡੀ ਸਾਬੋ ਤਖ਼ਤ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਕੇ ਦਸ਼ਮੇਸ਼ ਸਕੂਲ ਦੇ ਕੋਲ ਆ ਕੇ ਇਹਨਾਂ ਦੀ ਗੱਡੀ ਨੂੰ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ ਜੀ, ਜਿਹਦੇ ਵਿੱਚੋਂ ਮੌਕੇ 'ਤੇ ਪਹੁੰਚ ਕੇ ਸਾਡੇ ਟੀਮ ਨੇ ਉਹਨਾਂ ਨੂੰ ਬਾਹਰ ਕੱਢਿਆ ਜੀ, ਜਿਸ 'ਚ ਉਹਨਾਂ ਨੂੰ ਚਾਰਾਂ ਬੰਦਿਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਜੀ, ਅਤੇ ਅਸੀਂ ਬਾਅਦ ਦੇ ਵਿੱਚ ਗੱਡੀ ਦੇ ਉੱਤੇ ਕਾਬੂ ਪਾ ਲਿਆ, ਜਿਹਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਹੋ ਗਿਆ ਜੀ, ਗੱਡੀ ਸਾਰੀ ਸੜ ਚੁੱਕੀ ਸੀਗੀ ਅਤੇ ਮੌਕੇ 'ਤੇ ਪਹੁੰਚ ਕੇ ਅਸੀਂ ਅੱਗ ਬਚਾਈ ਜੀ, ਅਤੇ SSF ਨੇ ਆ ਕੇ ਜੀ ਸਾਡਾ ਪੂਰਾ ਸਾਥ ਦਿੱਤਾ। ਇਹਦਾ ਮਤਲਬ ਫਾਇਦਾ ਹੈਗਾ ਤਖ਼ਤ ਸਾਹਿਬ ਤੇ ਜਿਹੜੀ ਫਾਇਰ ਬ੍ਰਿਗੇਡ ਹੈ ਕਿੰਨਾ ਲੋਕਾਂ ਇਹਨਾਂ ਦਾ ਜੀ ਬਹੁਤ ਫਾਇਦਾ ਜੀ, ਮਤਲਬ ਬਠਿੰਡੋ ਆਉਂਦੀ ਚਿਰ ਲੱਗ ਜਾਂਦਾ, ਬਠਿੰਡੋ ਆਉਂਦੀ ਬਹੁਤ ਟਾਈਮ ਲੱਗ ਜਾਂਦਾ ਜੀ, ਅਸੀਂ ਬਿਲਕੁਲ 5-4 ਮਿੰਟਾਂ ਦੇ ਵਿੱਚ ਪਹੁੰਚ ਕੇ ਮੌਕੇ 'ਤੇ ਅੱਗ 'ਤੇ ਕਾਬੂ ਪਾ ਲਿਆ ਸੀਗਾ ਜੀ, ਅਤੇ CNG ਸਿਲੰਡਰ ਦਾ ਅੱਗ ਹੋਣ ਕਰਕੇ ਸਾਨੂੰ ਉਹਦੇ ਵਿੱਚ ਫੋਮ ਯੂਜ਼ ਕਰਨੀ ਪਈ, ਜਿਹਦੇ ਵਿੱਚ CNG ਵਾਲੀ ਗੱਡੀ ਸੀਗੀ, ਆਲਟੋ ਗੱਡੀ ਸੀਗੀ ਜੀ, ਰਾਜਸਥਾਨ ਨੰਬਰ ਗੱਡੀ ਸੀਗੀ ਜੀ, ਅਤੇ ਅਸੀਂ ਉਹ 'ਤੇ ਸਾਰੀ ਟੀਮ ਨੇ ਅਤੇ ਮੌਕੇ 'ਤੇ ਪਹੁੰਚ ਕੇ ਅਤੇ ਥੋੜ੍ਹੇ ਟਾਈਮ ਦੇ ਵਿੱਚ ਹੀ ਅੱਗ 'ਤੇ ਕਾਬੂ ਪਾ ਲਿਆ ਸੀਗਾ। ਜੇ ਬਠਿੰਡੋ ਗੱਡੀ ਆਉਂਦੀ ਜੀ ਬਹੁਤ ਟਾਈਮ ਲੱਗ ਜਾਂਦਾ, ਅਤੇ ਇੱਥੇ ਤਲਵੰਡੀ ਸਾਬੋ ਫਾਇਰ ਬ੍ਰਿਗੇਡ ਹੋਣ ਕਰਕੇ ਬਹੁਤ ਫਾਇਦਾ ਜੀ, ਇਹ ਇੱਕ ਗੱਡੀ ਨਹੀਂ ਪਹਿਲਾਂ ਵੀ ਬਹੁਤ ਘਟਨਾਵਾਂ ਹੋਈਆਂ ਜੀ ਜਿਹਨਾਂ 'ਤੇ ਅਸੀਂ ਛੇਤੀ ਤੋਂ ਛੇਤੀ ਪਹੁੰਚ ਕੇ ਅੱਗ 'ਤੇ ਕਾਬੂ ਪਾਏ ਹੋਏ ਜੀ। ਕਾਰ ਜੀ ਆਪਣੇ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣਾ ਸੀ, ਗੰਗਾਨਗਰ ਦੇ ਬੰਦੇ ਦੀ ਗੱਡੀ ਸੀਗੀ, ਅਤੇ ਇਹ 'ਚ ਦੋ ਬੁੜੀਆਂ ਅਤੇ ਦੋ ਬੰਦੇ ਸੀਗੇ, ਅੱਗ ਜ਼ਿਆਦਾ ਹੋਣ ਕਾਰਨ ਫੋਮ ਨਾ ਵਜਾਈ, ਅਤੇ ਸਾਨੂੰ ਕਾਲ 1:01 'ਤੇ ਆਈ ਸੀ, ਕੁਇਕ ਐਕਸ਼ਨ ਲੈਂਦੇ ਫਾਇਰ ਬ੍ਰਿਗੇਡ ਨੇ ਅਤੇ ਅੱਗ 'ਤੇ ਕਾਬੂ ਪਾਇਆ ਅਤੇ ਸੁਰੱਖਿਅਤ ਮੁਲਾਜ਼ਮ ਉਹਨਾਂ ਨੂੰ ਬਾਹਰ ਕੱਢਿਆ ਗਿਆ ਵਿਅਕਤੀਆਂ ਨੂੰ। ਕਿੰਨੇ ਬੰਦੇ ਸੀਗੇ? ਬੰਦੇ 4 ਸੀਗੇ, ਦੋ ਬੁੜੀਆਂ ਦੋ ਬੰਦੇ। ਅਤੇ ਉਹ ਜ਼ਖਮੀ ਹੋਏ ਆ? ਉਹਨਾਂ ਨੂੰ ਕੱਢ ਲਿਆ ਗਿਆ ਸੀਗਾ ਪਹਿਲੀ ਨਹੀਂ ਸਾਨੂੰ ਪਤਾ, ਉਹਨਾਂ ਨੂੰ ਕੱਢ ਕੇ ਜੀ ਕਿਹੜਾ ਹਸਪਤਾਲ ਭੇਜਤਾ ਸੀਗਾ, ਅਤੇ ਨਾਲ SS ਟੀਮ ਨੇ ਸਾਡਾ ਪੂਰਾ ਸਾਥ ਦਿੱਤਾ ਜੀ। ਇਹ ਜੀ ਗੰਗਾਨਗਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਆ ਰਹੇ ਸੀਗਾ ਜੀ ਪੂਰਾ ਪਰਿਵਾਰ, ਜਿਹਦੇ ਵਿੱਚੋਂ ਦੋ ਬੰਦੇ ਸੀਗੇ ਜੀ ਅਤੇ ਦੋ ਬੁੜੀਆਂ ਸੀਗੀਆਂ ਜੀ, ਅਤੇ ਇੱਥੇ ਤਲਵੰਡੀ ਸਾਬੋ ਤਖ਼ਤ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਕੇ ਦਸ਼ਮੇਸ਼ ਸਕੂਲ ਦੇ ਕੋਲ ਆ ਕੇ ਇਹਨਾਂ ਦੀ ਗੱਡੀ ਨੂੰ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ ਜੀ, ਜਿਹਦੇ ਵਿੱਚੋਂ ਮੌਕੇ 'ਤੇ ਪਹੁੰਚ ਕੇ ਸਾਡੇ ਟੀਮ ਨੇ ਉਹਨਾਂ ਨੂੰ ਬਾਹਰ ਕੱਢਿਆ ਜੀ, ਜਿਸ 'ਚ ਉਹਨਾਂ ਨੂੰ ਚਾਰਾਂ ਬੰਦਿਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਜੀ, ਅਤੇ ਅਸੀਂ ਬਾਅਦ ਦੇ ਵਿੱਚ ਗੱਡੀ ਦੇ ਉੱਤੇ ਕਾਬੂ ਪਾ ਲਿਆ, ਜਿਹਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਹੋ ਗਿਆ ਜੀ, ਗੱਡੀ ਸਾਰੀ ਸੜ ਚੁੱਕੀ ਸੀਗੀ, ਅਤੇ ਮੌਕੇ 'ਤੇ ਪਹੁੰਚ ਕੇ ਅਸੀਂ ਅੱਗ ਬਚਾਈ ਜੀ, ਅਤੇ SSF ਨੇ ਆ ਕੇ ਜੀ ਸਾਡਾ ਪੂਰਾ ਸਾਥ ਦਿੱਤਾ। ਇਹਦਾ ਮਤਲਬ ਫਾਇਦਾ ਹੈਗਾ ਤਖ਼ਤ ਸਾਹਿਬ ਤੇ ਜਿਹੜੀ ਫਾਇਰ ਬ੍ਰਿਗੇਡ ਹੈ ਕਿੰਨਾ ਲੋਕਾਂ? ਇਹਨਾਂ ਦਾ ਜੀ ਬਹੁਤ ਫਾਇਦਾ ਜੀ, ਮਤਲਬ ਬਠਿੰਡੋ ਆਉਂਦੀ ਚਿਰ ਲੱਗ ਜਾਂਦਾ, ਬਠਿੰਡੋ ਆਉਂਦੀ ਬਹੁਤ ਟਾਈਮ ਲੱਗ ਜਾਂਦਾ ਜੀ, ਅਸੀਂ ਬਿਲਕੁਲ 5-4 ਮਿੰਟਾਂ ਦੇ ਵਿੱਚ ਪਹੁੰਚ ਕੇ ਮੌਕੇ 'ਤੇ ਅੱਗ 'ਤੇ ਕਾਬੂ ਪਾ ਲਿਆ ਸੀਗਾ ਜੀ, ਅਤੇ CNG ਸਿਲੰਡਰ ਦਾ ਅੱਗ ਹੋਣ ਕਰਕੇ ਸਾਨੂੰ ਉਹਦੇ ਵਿੱਚ ਫੋਮ ਯੂਜ਼ ਕਰਨੀ ਪਈ, ਜਿਹਦੇ ਵਿੱਚ CNG ਵਾਲੀ ਗੱਡੀ ਸੀਗੀ, ਆਲਟੋ ਗੱਡੀ ਸੀਗੀ ਜੀ, ਰਾਜਸਥਾਨ ਨੰਬਰ ਗੱਡੀ ਸੀਗੀ ਜੀ, ਅਤੇ ਅਸੀਂ ਉਹ 'ਤੇ ਸਾਰੀ ਟੀਮ ਨੇ
ਤੇ ਮੌਕੇ ਤੇ ਪਹੁੰਚ ਕੇ ਤੇ ਥੋੜੇ ਟਾਈਮ ਦੇ ਵਿੱਚ ਹੀ ਅੱਗ ਤੇ ਕਾਬੂ ਪਾ ਲਿਆ ਸੀਗਾ। ਜੇ ਬਠਿੰਡੋ ਗੱਡੀ ਆਉਂਦੀ ਜੀ ਬਹੁਤ ਟਾਈਮ ਲੱਗ ਜਾਂਦਾ ਤੇ ਇੱਥੇ ਤਲਵੰਡੀ ਸਾਬੋ ਫਾਇਰ ਬ੍ਰਿਗੇਡ ਹੋਣ ਕਰਕੇ ਬਹੁਤ ਫਾਇਦਾ ਜੀ। ਇਹ ਇੱਕ ਗੱਡੀ ਨਹੀਂ, ਪਹਿਲਾਂ ਵੀ ਬਹੁਤ ਘਟਨਾਵਾਂ ਹੋਈਆਂ ਜੀ ਜਿਹਨਾਂ ਤੇ ਅਸੀਂ ਛੇਤੀ ਤੋਂ ਛੇਤੀ ਪਹੁੰਚ ਕੇ ਅੱਗ ਤੇ ਕਾਬੂ ਪਾਏ ਹੋਏ ਜੀ। ਕਾਰ ਜੀ ਆਪਣੇ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣਾ ਸੀ ਗੰਗਾ ਨਗਰ ਦੇ ਬੰਦੇ ਦੀ ਗੱਡੀ ਸੀਗੀ ਤੇ ਇਹ 'ਚ ਦੋ ਬੁੜੀਆਂ ਤੇ ਦੋ ਬੰਦੇ ਸੀਗੇ। ਅੱਗ ਜ਼ਿਆਦਾ ਹੋਣ ਕਾਰਨ ਫੋਮ ਨਾ ਵਜਾਈ ਤੇ ਸਾਨੂੰ ਕਾਲ 1:01 'ਤੇ ਆਈ ਸੀ। ਕੁਇਕ ਐਕਸ਼ਨ ਲੈਂਦੇ ਫਾਇਰ ਬ੍ਰਿਗੇਡ ਨੇ ਤੇ ਅੱਗ ਤੇ ਕਾਬੂ ਪਾਇਆ ਤੇ ਸੁਰੱਖਿਅਤ ਮੁਲਾਜ਼ਮ ਉਹਨਾਂ ਨੂੰ ਬਾਹਰ ਕੱਢਿਆ ਗਿਆ ਵਿਅਕਤੀਆਂ ਨੂੰ। ਕਿੰਨੇ ਬੰਦੇ ਸੀਗੇ? ਬੰਦੇ 4 ਸੀਗੇ, 2 ਬੁੜੀਆਂ 2 ਬੰਦੇ। ਤੇ ਉਹ ਜ਼ਖਮੀ ਹੋਏ ਆ? ਉਹਨਾਂ ਨੂੰ ਕੱਢ ਲਿਆ ਗਿਆ ਸੀਗਾ ਪਹਿਲੀ ਨਹੀਂ ਸਾਨੂੰ ਪਤਾ, ਉਹਨਾਂ ਨੂੰ ਕੱਢ ਕੇ ਜੀ ਕਿਹੜਾ ਹਸਪਤਾਲ ਭੇਜਤਾ ਸੀਗਾ ਤੇ ਨਾਲ SS ਟੀਮ ਨੇ ਸਾਡਾ ਪੂਰਾ ਸਾਥ ਦਿੱਤਾ।